ਅੱਜ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਭ ਫਗਵਾੜਾ ਸ਼ਹਿਰ ਦੀਆਂ ਹਨ ਜਿੱਥੇ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਖਿਲਾਫ ਕਿਸੇ ਗੱਲ ਨੂੰ ਲੈ ਕੇ ਕਾਂਗਰਸੀਆਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਗੜ੍ਹੀ ਵਿਰੁੱਧ ਖੁੱਲ੍ਹ ਕੇ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਹਲਕਾ ਵਿਧਾਇਕ ਫਗਵਾੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ, ਸ਼ਹਿਰੀ ਪ੍ਰਧਾਨ ਕਾਂਗਰਸ ਸੰਜੀਵ ਬੁੱਗਾ, ਸੁਮਨ ਸ਼ਰਮਾ, ਮਹਿਲਾ ਕਾਂਗਰਸ ਸਰਜੀਵਨ ਲਤਾ, ਤ੍ਰਿਪਤਾ ਸ਼ਰਮਾ, ਬੰਟੀ ਵਾਲੀਆ ਆਦਿ ਅਤੇ ਹੋਰ ਕਾਂਗਰਸੀ ਆਗੂ ਵਰਕਰ ਹਾਜ਼ਰ ਰਹੇ। ਇਸ ਮੌਕੇ ਤੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਗੱਲਬਾਤ ਕਰਦੇ ਕਿਹਾ ਕਿ ਤੁਸੀਂ ਦੇਖ ਰਹੇ ਹੋ ਫਤਿਹ ਨਿਊਜ਼ ਤੋਂ ਅਮਰਦੀਪ ਟੰਡਾ ਦੇ ਨਾਲ ਹਰਵਿੰਦਰ ਸਿੰਘ ਪੁੰਗਣੀ ਦੀ ਵਿਸ਼ੇਸ਼ ਰਿਪੋਰਟ। ਕਾਂਗਰਸ ਪਾਰਟੀ ਦੇ ਵਰਕਰਸ ਵੱਲੋਂ ਜਿਹੜਾ ਹੈਗਾ ਇਹ ਰੋਸ ਕੀਤਾ ਗਿਆ, ਰੋਸ ਮੁਜ਼ਾਹਰਾ ਕੀਤਾ ਗਿਆ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਕੈਂਡੀਡੇਟ ਜਸਵੀਰ ਸਿੰਘ ਗੜ੍ਹੀ ਵੱਲੋਂ ਜਿਹੜਾ ਹੈਗਾ ਬਹੁਤ ਹੀ ਮੰਦਭਾਗਾ ਬਿਆਨ ਦਿੱਤਾ ਗਿਆ ਹੈਗਾ ਕਿ ਕਾਂਗਰਸ ਪਾਰਟੀ ਵਰਕਰਸ ਦੀਆਂ ਜੇ ਮਾਵਾਂ ਵੀ ਜਿਹੜੀਆਂ ਹੈਗੀਆਂ ਸਿਵਿਆਂ ਵਿੱਚ ਉੱਠ ਕੇ ਆ ਜਾਣ ਤਾਂ ਵੀ ਉਹ ਜਿੱਤ ਨਹੀਂ ਸਕਦੇ। ਔਰ ਮੇਰਾ ਖਿਆਲ ਇਹ ਜਿਹੜਾ ਹੈਗਾ ਸਟੇਟਮੈਂਟ ਦਿੱਤੀ ਗਈ ਹੈਗੀ ਹੈ ਔਰ ਮੇਰਾ ਖਿਆਲ ਇਹਨਾਂ ਨੂੰ ਆਪ ਹੀ ਲੱਗਦਾ ਹੈਗਾ ਕਿ ਸਾਡੇ ਜਿਹੜੇ ਹੇਠੋਂ ਧਰਤੀ ਖਿਸਕ ਚੁੱਕੀ ਹੈਗੀ ਹੈ। ਔਰ ਆਪਾਂ ਸਾਰੇ ਜਾਣਦੇ ਹੈਗੇ ਕਿ ਜਿਹੜੀ ਮਾਵਾਂ ਹੈਗੀਆਂ ਜਿਹੜੀ ਕਿ ਸਭ ਦੀਆਂ ਸਾਂਝੀਆਂ ਹੁੰਦੀਆਂ ਹੈਗੀਆਂ ਔਰ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਜਿਹੜਾ ਹੈਗਾ ਅਸੀਂ ਸਾਰੇ ਇਸ ਦੁਨੀਆ ਵਿੱਚ ਵਿਚਰਦੇ ਹੈਗੇ ਹਾਂ ਔਰ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਅਸੀਂ ਜਿੱਥੇ ਆਪਣੀ ਦੁਨੀਆ ਹਰ ਫਰੰਟ 'ਤੇ ਕਾਮਯਾਬੀ ਮਿਲ ਰਹੀ ਹੈ ਤਾਂ ਉੱਥੇ ਹੀ ਮਾਵਾਂ ਇੱਕ ਇਹੋ ਜਿਹੀਆਂ ਹੈਗੀਆਂ ਜਿਹੜੇ ਕਿ ਬਿਨਾਂ ਕਿਸੇ ਭੇਦਭਾਵ ਤੋਂ ਸਭ ਨੂੰ ਆਸ਼ੀਰਵਾਦ ਦਿੰਦੀਆਂ ਹੈਗੀਆਂ। ਤਾਂ ਇਸ ਕਰਕੇ ਬੇਸ਼ੱਕ ਦੀ ਉਹ ਕਾਂਗਰਸ ਪਾਰਟੀ ਦੀ ਵਰਕਰਸ ਦੀਆਂ ਹੋਣ, ਬੇਸ਼ੱਕ ਦੀ ਹੋਰ ਕਿਸੇ ਪਾਰਟੀ ਦੀਆਂ ਮਾਵਾਂ ਹੋਣ, ਉਹ ਸਭ ਦੀਆਂ ਸਾਂਝੀਆਂ ਹੈਗੀਆਂ। ਉਹ ਇਸ ਤਰ੍ਹਾਂ ਦਾ ਬੇਤੁਕਾ ਬਿਆਨ ਜਿਹੜਾ ਦਿੱਤਾ ਹੈਗਾ ਉਹ ਬਹੁਤ ਹੀ ਮੰਦਭਾਗਾ ਹੈਗਾ। ਔਰ ਸਾਰੇ ਆਪਾਂ ਜਾਣਦੇ ਹਾਂ ਕਿ ਫਗਵਾੜਾ ਇੱਕ ਅਜਿਹਾ ਸ਼ਹਿਰ ਹੈ ਕਿ ਇੱਥੇ ਬੇਸ਼ੱਕ ਦੇ ਅਲੱਗ ਅਲੱਗ ਭਾਈਚਾਰੇ ਦੇ ਲੋਕ ਰਹਿੰਦੇ ਹੈਗੇ ਨੇ ਪਰ ਉਹਨਾਂ ਦਾ ਆਪਸੀ ਪਿਆਰ ਬਹੁਤ ਹੈਗਾ। ਇਸ ਕਰਕੇ ਸਾਰੇ ਲੋਕ ਜਿਹੜੇ ਇਸ ਬਿਆਨ ਤੋਂ ਬੜੇ ਦੁਖੀ ਵੀ ਹੈ ਔਰ ਉਹਨਾਂ ਨੂੰ ਹੁਣ ਪਤਾ ਲੱਗਿਆ ਹੈਗਾ ਕਿ ਇਹ ਇਸ ਤਰ੍ਹਾਂ ਦਾ ਜਿਹੜਾ ਕੈਂਡੀਡੇਟ ਇਹ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਜਿਹੜਾ ਹੈਗਾ ਇੱਥੇ ਲੈ ਕੇ ਆਉਂਦਾ ਗਿਆ ਹੈਗਾ ਜਿਹਨੂੰ ਕਿ ਇੰਨਾ ਜਿਹੜੀ ਇਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਹੈਗਾ। ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਫਗਵਾੜਾ ਵਾਸੀ ਦੱਸ ਦੇਣਗੇ ਕਿ ਇਹ ਜਿਹੜਾ ਬਾਹਰਲਾ ਕੈਂਡੀਡੇਟ ਆਇਆ ਹੈਗਾ ਨਾ ਇਹਨੂੰ ਫਗਵਾੜੇ ਦੇ ਜਿਹੜਾ ਹੈਗਾ ਇਹ ਇੱਥੋਂ ਦੇ ਲੋਕ ਜਿਹੜਾ ਪੂਰਾ ਢੁਕਵਾਂ ਜਵਾਬ ਦੇਣਗੇ ਕਿ ਉਹਨਾਂ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਦਾ ਬਿਆਨ ਦੇ ਕੇ ਜਿਹੜਾ ਉਹਨਾਂ ਨੇ ਬੇਸ਼ੱਕ ਜੀ ਉਹਨਾਂ ਨੇ ਮਾਵਾਂ ਦੇ ਜਿਹੜਾ ਸ਼ਬਦ ਹੈਗਾ ਜਾਂ ਮਾਵਾਂ ਦਾ ਜੋ ਪਿਆਰ ਹੈਗਾ ਉਸ ਨੂੰ ਠੇਸ ਨਹੀਂ ਪਹੁੰਚਾਈ ਉਹਨਾਂ ਵੱਲੋਂ ਜਿਹੜਾ ਹੈਗਾ ਮਾਵਾਂ, ਕਿਉਂਕਿ ਆਪਾਂ ਸਾਰੇ ਜਾਣਦੇ ਹੈਗੇ ਭਗਵਾਨ ਤੋਂ ਬਾਅਦ ਮਾਵਾਂ ਦਾ ਹੀ ਜਿਹੜਾ ਹੈਗਾ ਉਹਨਾਂ ਦਾ ਸਥਾਨ ਹੁੰਦਾ ਹੈਗਾ। ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਇਹੀ ਮਾਵਾਂ ਦਾ ਜਿਹੜਾ ਆਸ਼ੀਰਵਾਦ ਹੈਗਾ ਬਾਕੀ ਜਿੱਥੇ ਸਾਰੇ ਕੈਂਡੀਡੇਟਸ ਵੱਲ ਜਾਊਗਾ ਉੱਥੇ ਹੀ ਇਹਨਾਂ ਨੂੰ ਇਹ ਪਤਾ ਲੱਗ ਜੂਗਾ ਕਿ ਇਹ ਜੋ ਬੇਤੁਕਾ ਅੱਜ ਬਿਆਨ ਦਿੱਤਾ ਹੈਗਾ ਇਹਦਾ ਇਹਨਾਂ ਨੂੰ ਕਿੰਨਾ ਖਮਿਆਜ਼ਾ ਭੁਗਤਣਾ ਪੈਂਦਾ। ਪਰ ਆਪਾਂ ਸਾਰੇ ਜਾਣਦੇ ਹੈਗੇ ਕਿ ਜਦੋਂ ਤੋਂ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵੱਲੋਂ ਆਏ ਹੈਗੇ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਗਰੀਬ ਅਤੇ ਲਤਾੜੇ ਪਰਿਵਾਰਾਂ ਵਾਸਤੇ ਜਿਹੜਾ ਹੈਗਾ ਬਹੁਤ ਹੀ ਬੇਮਿਸਾਲ ਜਿਹੜੀਆਂ ਉਹਨਾਂ ਵੱਲੋਂ ਸਕੀਮਾਂ ਲਿਆਂਦੀਆਂ ਗਈਆਂ ਹੈਗੀਆਂ ਔਰ ਹੁਣ ਜਿਹੜਾ ਹੈਗਾ ਲੋਕ ਲੱਗਦੇ ਹੈਗੇ ਕਿ ਜੋ ਉਹਨਾਂ ਵੱਲੋਂ ਜਿਹੜੇ ਕਦਮ ਚੱਕੇ ਗਏ ਨੇ ਉਹਦੇ ਨਾਲ ਖਾਸ ਕਰਕੇ ਜਿਹੜੇ BSP ਦੀ ਜਿਹੜੀ ਸਪੋਰਟ ਹੈਗੀ ਆ ਉਹ ਜਿਹੜੀ ਹਿੱਲ ਗਈ ਹੈਗੀ ਆ। ਔਰ ਆਮ ਅਸੀਂ ਗਾਹਕ ਵਗਾਹਕ 'ਤੇ ਗੱਲ ਕਰੀਏ ਤਾਂ ਸਾਰੇ ਇਹੀ ਕਹਿੰਦੇ ਹੈਗੇ ਨੇ ਕਿ ਅਸੀਂ ਜਿਹੜੇ ਹੈਗੇ ਆ ਹੁਣ ਤੱਕ ਅਸੀਂ ਭੁਲੇਖੇ 'ਚ ਰਹੇ ਹਾਂ, ਆਉਣ ਵਾਲੇ ਸਮੇਂ ਵਿੱਚ ਅਸੀਂ ਕਾਂਗਰਸ ਪਾਰਟੀ ਦਾ ਸਾਥ ਦੇਵਾਂਗੇ। ਇਹ ਸਾਰੇ ਹਿਸਾਬ ਕਿਤਾਬ ਤਾਂ ਪਰਮਾਤਮਾ ਜਾਣਦਾ ਹੈਗਾ, ਕਿਉਂਕਿ ਆਪਾਂ ਦੇਖੀਏ ਤਾਂ ਜਿਹੜਾ ਕੋਈ ਵੀ ਅੱਜ ਸਰਕਾਰ ਹੈਗੀ ਆ ਪੰਜਾਬ ਸਰਕਾਰ ਜੋ ਕਿ ਕਾਂਗਰਸ ਪਾਰਟੀ ਦੀ ਹੈ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਹੈਗੇ ਉਹਨਾਂ ਨੇ ਪਿਛਲੇ 1.5-2 ਮਹੀਨੇ ਦੇ ਵਿੱਚ ਉਹ ਇਤਿਹਾਸਿਕ ਫੈਸਲੇ ਕੀਤੇ ਹੈ ਅਤੇ ਉਹਦੇ ਨਾਲ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਇਕੱਲੇ BSP ਦੇ ਜਿਹੜੇ ਵਰਕਰ ਆ ਉਹ ਨਹੀਂ ਕਹਿ ਰਹੇ, ਉਹ 'ਚ BJP ਦੇ ਵੀ ਕਹਿ ਰਹੇ ਨੇ, ਅਕਾਲੀ ਦਲ ਦੇ ਵੀ ਕਹਿ ਰਹੇ ਨੇ, ਸਾਰੇ ਜੇ ਕਿਤੇ ਗਾਹੇ ਵਗਾਏ ਗੱਲ ਹੋਵੇ ਉਹ ਕਹਿੰਦੇ ਵੀ ਠੀਕ ਹੈ ਜੀ ਆਹ ਬਹੁਤ ਵਧੀਆ ਜਿਹੜੇ ਮੁੱਖ ਮੰਤਰੀ ਜੀ ਆਏ ਨੇ ਜਿਹੜੇ ਕਿ ਆਮ ਨਾਗਰਿਕ ਬਣ ਕੇ ਆਮ ਬੰਦਾ ਬਣ ਕੇ ਜਿਹੜਾ ਹੈਗਾ ਸ਼ਹਿਰਾਂ ਵਿੱਚ ਘੁੰਮਦੇ ਨੇ ਪਿੰਡਾਂ ਵਿੱਚ ਘੁੰਮਦੇ ਨੇ, ਪਰ ਜੋ ਫੈਸਲੇ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ। ਵੋਟ ਮੈਨੂੰ ਕਈ ਵਾਰੀ ਬੋਲਣ ਦਾ ਥੋੜ੍ਹਾ ਮੌਕਾ ਮਿਲਦਾ ਅਤੇ ਮੈਂ 1 ਮਿੰਟ ਹੋਰ ਲੈਂਦਾ। ਆਮ ਆਦਮੀ ਪਾਰਟੀ ਨੇ ਮੈਨੂੰ ਪੁੱਛਿਆ ਕਹਿੰਦਾ ਸੁਣ ਸਰ ਤੂੰ ਆਮ ਆਦਮੀ ਪਾਰਟੀ ਸਾ ਤੂੰ ਕਾਹਦੇ ਕਾਰਨ ਚੱਲ ਗਿਆ। ਮੈਂ ਕਿਹਾ ਇਹਨੂੰ ਕਹਿੰਦਾ ਸਰਕਲ ਪ੍ਰਧਾਨ ਬਣਾਉਣੇ ਆ, ਮਹੱਲੇ ਸ਼ਹਿਰ ਦਾ ਸਾਰਾ ਕੱਟ ਕਰਾਂਗੇ, ਜਿੱਥੇ ਸਰਕਲ ਪ੍ਰਧਾਨ ਨਵੀਆਂ ਵੋਟਾਂ ਹੋ ਗਈਆਂ ਉਹਨੂੰ ਅਸੀਂ MLA ਹੀ ਵੋਟ ਦੇ ਦੇਵਾਂਗੇ।
ਇਸ ਕਰਕੇ ਧਾਲੀਵਾਲ